ਜੀ ਮੈਂ ਨਾ ਇਸ ਟਾਈਮ ਜਹਾਜ਼ ਚੌਂਕ ਤੋਂ ਥੋੜ੍ਹਾ ਅੱਗੇ ਜਾ ਕੇ ਨਾ ਧਰਮਪਾਲ ਮੱਟ ਵਾਲੀ ਕੁਲਫੀ ਹੈ, ਬੜਾ ਫੇਮਸ ਹੈ ਗੁਰਦਾਸਪੁਰ ਦਾ ਇਹ, ਔਰ ਮੈਂ ਇਸ ਵੇਲੇ ਕੁਲਫੀ ਨੂੰ ਇੰਜੋਏ ਕਰ ਰਿਹਾ ਜੀ। ਇਸ ਵੇਲੇ ਕਤੀਰਾ ਗੂੰਦ ਵੀ ਇਹਦੇ ਵਿੱਚ ਹੈ ਜੀ। ਮੈਂ ਤੁਹਾਡਾ ਫੀਚਰ ਦੱਸਣਾ ਚਾਹੁੰਦਾ ਅਤੇ ਉਹ ਮੇਰੇ ਲੀਡਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇੱਥੇ ਮੱਟ ਵਾਲੀ ਕੁਲਫੀ ਆਓ ਅਤੇ ਖਾਓ ਅਤੇ ਕਤੀਰਾ ਗੂੰਦ ਵਿੱਚ ਮਿਕਸ ਆ, ਥੋੜ੍ਹਾ ਆਪਣੇ ਮਨ ਨੂੰ ਸ਼ਾਂਤ ਕਰੋ। ਜਿਹੜੇ ਤੁਹਾਡੇ ਵੋਟਰ ਨੇ, ਸਪੋਟਰ ਨੇ, ਬਜ਼ੁਰਗ ਨੇ, ਉਹਨਾਂ ਨੂੰ ਧੱਕੇ ਨਾ ਮਾਰੋ, ਆਪਣੇ ਮਨ ਨੂੰ ਸ਼ਾਂਤ ਕਰੋ, ਠੀਕ ਹੈ। ਔਰ ਜਿਹੜੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ, ਜੇ ਕੋਈ ਅਧਿਕਾਰੀ ਨੂੰ ਠੀਕ ਕਰਾ ਰਿਹਾ ਤੇ ਕੋਡ ਆਫ ਕੰਡਕਟ ਦਾ ਇੱਕ ਬਹਾਨਾ ਲਾ ਕੇ ਲੋਕਾਂ ਦੇ ਜਿਹੜੇ ਬਣਦੇ ਕੰਮ ਨਾ ਵਿਗਾੜੋ, ਆਪਣੇ ਦਿਮਾਗੀ ਸੰਤੁਲਨ ਨੂੰ ਠੀਕ ਕਰੋ। ਤੁਸੀਂ ਲੋਕਾਂ ਨੂੰ ਕਹਿੰਦੇ ਕਿ ਤੁਹਾਡਾ ਬੈਲੈਂਸ ਵਿਗੜਿਆ ਹੈ, ਮੈਂ ਐਡਵਾਈਸ ਕਰਦਾ ਕਿ ਆ ਕੇ ਮੱਟ ਵਾਲੀ ਕੁਲਫੀ ਖਾਓ, ਮਨ ਨੂੰ ਸ਼ਾਂਤ ਕਰੋ ਤੇ ਲੋਕਾਂ ਦੀ ਸੇਵਾ ਕਰਨ ਬਾਰੇ ਸੋਚੋ, ਕਿਉਂਕਿ ਤੁਹਾਨੂੰ ਜਨਤਾ ਦੀ ਨੌਕਰ ਠਹਿਰਾਇਆ ਹੈ ਕਿ ਤੁਸੀਂ ਜਨਤਾ ਦੇ ਨੌਕਰ ਹੋ ਔਰ ਜਨਤਾ ਦੀ ਸੇਵਾ ਕਰਨੀ ਹੈ। ਇਸ ਕਰਕੇ ਆਪਣਾ ਮਾਈਂਡਸੈਟ ਓਕੇ ਕਰੋ, ਇੱਥੇ ਮੱਟ ਵਾਲੀ ਕੁਲਫੀ ਖਾਓ ਤੇ ਆਪਣੇ ਮਨ ਨੂੰ ਸ਼ਾਂਤ ਕਰੋ ਤੇ ਜਨਤਾ ਦੀ ਸੇਵਾ ਕਰੋ, ਜਿਹੜਾ ਤੁਹਾਡਾ ਕੰਮ ਹੈ।